ਪ੍ਰਕਾਰ ਦੀ ਮਨਾਂ ਦੇ ਅੰਦਰ ਡਰ ਹੈ ਸੰਸੇ ਨੇ, ਜਿਸ ਕਰਕੇ ਬੜੀ ਐਂਗਜ਼ਾਇਟੀ ਪੈਦਾ ਹੁੰਦੀ ਹੈ, ਘਬਰਾਹਟ ਜੀਵਾਂ ਦੇ ਅੰਦਰ ਪੈਦਾ ਹੁੰਦੀ ਹੈ। ਬੱਚਾ ਨਰਸਰੀ ਕਲਾਸ ਵਿੱਚ ਪੜ੍ਹ ਰਿਹਾ ਹੈ, ਉਹਦੇ ਵੀ ਰਿਪੋਰਟ ਕਾਰਡ ਦੇਖੇ ਜਾ ਰਹੇ ਨੇ, ਉਹਦੇ ਵੀ ਨੰਬਰ ਚੈੱਕ ਕੀਤੇ ਜਾ ਰਹੇ ਨੇ। ਦੱਸੋ, ਐਲ ਕੇ ਜੀ ਦੀ ਪੜ੍ਹਾਈ ਕਰ ਰਿਹਾ, ਉਹਦੇ ਨੰਬਰ ਚੈੱਕ ਕਰਦੇ, ਮਾਤਾ ਚਿੜਕਦੇ ਨੇ ਉਸਨੂੰ, ਕਿਉਂਕਿ ਉਹਨਾਂ ਦੇ ਡਰ ਹੈ ਕਿ ਦੂਸਰਾ ਬੱਚਾ ਅੱਗੇ ਲੰਘ ਗਿਆ, ਪਿੱਛੇ ਰਹਿ ਗਿਆ, ਅਤੇ ਘਬਰਾਹਟ ਦੇ ਵਿੱਚ ਅੱਗੇ ਜਾ ਕੇ ਫਿਰ ਬੱਚੇ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ। ਇਸ ਵਾਸਤੇ ਕੋਸ਼ਿਸ਼ ਕਰਨੀ ਹੈ, ਆਪਾਂ ਆਪ ਵੀ ਬਚਣਾ ਹੈ ਅਤੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਸਿਮਰਨ ਕਰ ਦੇਣਾ ਹੈ। ਆਓ ਸਾਰੇ ਕੋਸ਼ਿਸ਼ ਕਰੀਏ, ਅੱਜ ਆਪਾਂ ਇਹ ਭਗਤ ਜੀ ਦੇ ਬਚਨਾਂ ਤੋਂ ਇਹ ਸਿੱਖਣਾ ਹੈ। ਉਦਾਹਰਣਾਂ ਇਸੇ ਵਾਸਤੇ ਦਿੱਤੀਆਂ ਜਾਂਦੀਆਂ, ਤੁਸੀਂ ਆਪਣਾ ਧਿਆਨ ਦਿਲ ਦੀ ਧੜਕਣ ਨਾਲ ਜੋੜ ਲੈਣਾ। ਗੁਰਮੁਖ ਰੋਮ ਰੋਮ ਹਰ ਧਿਆਵੈ। ਆਓ ਸਾਰੇ ਕਰੋ ਕਿਰਪਾ, ਵਾਹਿਗੁਰੂ 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 ਵਾਹਿਗੁਰੂ। ਸੁਰਤੀ ਨਾਲ ਸਿਮਰਨ ਕਰਨਾ, ਰਸਨਾ ਬੰਦ ਕਰਨਾ।